मामला यह कि पिंटू डीके एक सुखदेव सिंह एलियस है, खुशी प्यो का नाम है वह छिंदा सिंह, और दूसरे पास पार्टी से जगजीत सिंह ने जगह बंता सिंह निर्मल सिंह वगैरह से सारे इन्होंने पुरानी काफ़ी रणनीति चलती सी। कल शाम में कहीं इन्होंने आसूट फासूट की सी, कुंतमैम हो गई, कुंतमैम हो करके जो दूसरी दोनों पार्टियां आके मुंडे को गली के बीच कसीए के बेस बनने के नाल सट्टा मार के मार दिता सी। ਤਰਸੇਮ ਸਿੰਘ ਜੀ, ਕੀ ਕਰਨਾ ਹੋਈ ਹੈ ਜੀ? ਇਹ ਜੀ ਦੋਵੇਂ ਭਰਾ ਤੂੜੀ ਲਾਈ ਜਾਂਦੇ ਸੀਗੇ ਅਤੇ ਉਹ ਆ ਕੇ ਮੁੰਡੇ ਦੇ ਗਲ ਪੈ ਗਏ ਅਤੇ ਕਈਆਂ ਕੁਈਆਂ ਮਾਰੀਆਂ ਉਹਦੇ ਸਿਰ 'ਚ, ਸਿਰ 'ਚ ਵੱਜੀ ਕੁਛ, ਉਹ ਗਿੱਟਾਂ ਗੁੱਟਾਂ 'ਤੇ ਵੱਜੀਆਂ ਏ ਅਤੇ ਇਹਨਾਂ ਨੇ ਵੱਢ ਕੇ ਉਰਾਂ ਬੂਹੇ 'ਚ ਸਿੱਟਤਾ ਅਤੇ ਉਹ ਮੁੰਡਾ ਤਾਂ ਉੱਥੇ ਹੀ ਮਰ ਗਿਆ ਸੀਗਾ। ਅਤੇ ਕਿੰਨੇ ਕੁ ਜਣਿਆਂ ਨੇ ਮਾਰੇ? ਇਹ 5-6 ਜਣੇ ਸੀਗੇ ਜੀ। ਇਹ ਲੜਾਈ ਕਿਉਂ ਹੋਈ? ਲੜਾਈ ਇਹ ਕਿਤੇ ਮਾੜਾ ਮੋੜ ਪਹਿਲਾਂ ਸੀਗੀ ਕਿਤੇ, ਅਤੇ ਉਹ ਦੋਵੇਂ ਭਰਾ ਕਿਤੇ ਇਹ ਤੂੜੀ ਲਾਈ ਜਾਂਦੇ ਸੀ, ਮਾੜਾ ਮੋੜ ਬੋਲ ਪਏ ਅਤੇ ਇਹਨਾਂ ਨੇ ਕਿਹਾ ਕਿਤੇ ਸਾਨੂੰ ਕਹਿੰਦੇ ਆ, ਅਤੇ ਉੱਥੋਂ ਹੀ ਉਹਨਾਂ ਨੇ ਕੰਮ ਵਧਾ ਲਿਆ। ਹਾਂਜੀ, ਉਹਨਾਂ ਦੀ ਗੱਲਬਾਤ ਮਿੱਥੀ ਸੀਗੀ ਵੀ ਮਾਰਨਾ ਹੀ ਮਾਰਨਾ ਹੈ, ਅਤੇ ਉਹ ਸ਼ੋਰ ਨੂੰ ਮਾਰ ਕੇ ਬੂਹੇ 'ਚ ਸਿੱਟ ਗਏ। ਅਜੇ ਕੋਈ ਕਾਰਵਾਈ ਨਹੀਂ ਹੋਈ, ਬਕਰ ਪੁਲਿਸ ਨੇ ਨਾਂ ਲਿਖਿਆ, ਬੰਦਾ ਕੋਈ ਫੜਿਆ ਨਹੀਂਗਾ, ਅਤੇ ਕਾਰਵਾਈ ਇਹੀ ਕਹਿੰਦੇ ਜੇ ਬੰਦੇ ਚੱਕਣ ਉਹਨਾਂ ਦੇ। ਹਾਂਜੀ ਜੇ ਪੁਲਿਸ ਨਾ ਕਾਰਵਾਈ ਕਰੂਗੀ ਅਸੀਂ ਉਹਨਾਂ ਚਿਰ ਲਾਸ਼ ਨਹੀਂ ਚੱਕਣੀ ਗੀ, ਜੇ ਕੋਈ ਸਾਡੀ ਨਾ ਗੱਲ ਸੁਣੀ ਅਸੀਂ ਧਰਨਾ ਲਾ ਦਿਆਂਗੇ ਰੱਖ ਕੇ ਲਾਸ਼। ਮਾਮਲਾ ਇਹ ਹੈ ਕਿ ਪਿੰਟੂ ਡੀਕੇ ਇੱਕ ਸੁਖਦੇਵ ਸਿੰਘ ਏਲੀਅਸ ਹੈਗਾ, ਖੁਸ਼ੀ ਪਿਓ ਦਾ ਨਾਂ ਹੈਗਾ ਉਹਦਾ ਛਿੰਦਾ ਸਿੰਘ, ਔਰ ਦੂਸਰੇ ਪਾਸੇ ਪਾਰਟੀ ਸੀ ਜਗਜੀਤ ਸਿੰਘ ਨੇ ਜੱਗਾ, ਬੰਤਾ ਸਿੰਘ, ਨਿਰਮਲ ਸਿੰਘ ਵਗੈਰਾ ਸੀ ਸਾਰੇ। ਇਹਨਾਂ ਦੀ ਪੁਰਾਣੀ ਕਾਫੀ ਰੰਜਿਸ਼ ਚੱਲਦੀ ਸੀਗੀ, ਕੱਲ੍ਹ ਸ਼ਾਮ ਨੂੰ ਕਿਤੇ ਇਹਨਾਂ ਦੀ ਆਸ ਵਿਛਾ ਸ਼ੁਰੂ ਕੀਤੀ ਸੀਗੀ, ਕੁੰਤਮੈਮੇ ਹੋ ਗਈ, ਕੁੰਤਮੈਮ ਹੋ ਕਰਕੇ ਜਿਹੜੇ ਦੂਸਰੀ ਦੋਨੇ ਪਾਰਟੀਆਂ ਆ ਕੇ ਮੁੰਡੇ ਨੂੰ ਗਲੀ ਦੇ ਵਿੱਚ ਕਸੀਏ ਦੇ ਬੇਸ ਬਲਨ ਦੇ ਨਾਲ ਸੱਟਾ ਮਾਰ ਕੇ ਮਾਰ ਦਿੱਤਾ ਸੀ। ਉਹ ਸਾਡੇ ਕੋਲ ਤਲਾਹ ਆਉਣ 'ਤੇ ਅਸੀਂ ਮੁਕਦਮਾ ਦਰਜ ਕਰਤਾ ਹੈਗਾ, ਇੱਕ ਦੋਸ਼ੀ ਵਿੱਚ ਅਰੈਸਟ ਵੀ ਅਸੀਂ ਕਰ ਰਹੇ ਹੈਗਾ, ਅਤੇ ਬਾਕੀ ਅੱਜ ਇਨਵੈਸਟੀਗੇਸ਼ਨ ਜਾਰੀ ਹੈ, ਜੋ ਤੱਥ ਸਾਹਮਣੇ ਆਉਣਗੇ ਫਿਰ ਤੁਹਾਨੂੰ ਦੱਸਿਆ ਜਾਊ। ਸਰ ਕਿੰਨੇ ਲੋਕ ਸੀ ਜਿਹਨਾਂ ਨੇ ਕਰਨਾ? 5 ਬੰਦੇ ਸਾਡੇ ਕੋਲ ਲਿਖਾਏ ਇਹਨਾਂ ਨੇ ਜੀ, ਅੱਜ ਤਾਂ ਇਨਵੈਸਟੀਗੇਸ਼ਨ ਕਰਾਂਗੇ, ਦੌਰਾਨੀ ਇਨਵੈਸਟੀਗੇਸ਼ਨ ਦੇਖਾਂ ਵੀ ਕਿਹਦੇ ਵਰਕਲਵ ਕੀ ਐਵੀਡੈਂਸ ਆਉਂਦੀ ਹੈ, ਉਹ ਤਬਦੀਲ ਤੋਂ ਬਾਅਦ ਹੀ ਪਤਾ ਲੱਗੂਗਾ। ਸਰ ਵਜ੍ਹਾ ਰੰਜਿਸ਼ ਕੁਛ ਪਤਾ ਲੱਗਿਆ? ਵਜ੍ਹਾ ਰੰਜਿਸ਼ ਇਹਨਾਂ ਦੇ ਪੁਰਾਣਾ ਪਹਿਲਾਂ ਮੁਕੱਦਮਾ ਚੱਲਦਾ ਜੀ ਦੋਨਾਂ ਪਾਰਟੀਆਂ ਦਾ, ਉਹ ਕੋਰਟ ਚੱਲੀ ਜਾਂਦਾ, ਤਰੀਕਾਂ ਪੈਂਦੀਆਂ ਹੈਗੀਆਂ, ਉਸ ਰੰਜਿਸ਼ ਕਰਕੇ ਇਹਨਾਂ ਦੇ ਮਦਰ ਪੱਧਰ ਕੀਤਾ ਜੀ। ਹਥਿਆਰ ਵਾਲੇ ਸਾਹਿਬ ਬਰਾਮਦ ਕਰਨਾ? ਹਾਂ, ਉਹ ਤਾਂ ਜਦੋਂ ਬੰਦੇ ਦੋਸ਼ੀ ਰਸ਼ ਕਰਾਂਗੇ ਹਥਿਆਰ ਨਾਲ ਬਰਾਮਦ ਹੋਈ ਜਾਣੇ ਜੀ।